ਲਖੀਮਪੁਰ ਖੀਰੀ ਕਾਂਢ ਦੇ ਉਤੇ ਬੀਤੇ ਕੱਲ ਸੁਪਰੀਮ ਕੋਰਟ ਵੱਲੋਂ ਵੱਡਾ ਫੈਸਲਾ ਲਿਆ ਗਿਆ ਦੱਸ ਦਈਏ ਕਿ ਲਖੀਮਪੁਰ ਕਾਂਢ ਦੇ ਮੁੱਖ ਦੋਸ਼ੀ ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਰੱਦ ਕਰ ਦਿੱਤੀ ਗਈ ਹੈ ਜਿਸ ਤੋਂ ਬਾਅਦ ਹੁਣ ਕਿਸਾਨ ਆਗੂ ਸਰਵਣ ਸਿੰਘ ਪੰਦੇਰ ਵੱਲੋਂ ਵੀ ਆਪਣੇ ਵਿਚਾਰ ਸਾਂਝੇ ਕੀਤੇ ਗਏ ਨੇ ਉਹਨਾਂ ਨੇ ਸਭ ਤੋਂ ਪਹਿਲਾਂ ਸੁਪਰੀਮ ਕੋਰਟ ਦਾ ਧੰਨਵਾਦ ਕੀਤਾ ਅਤੇ ਉਹਨਾਂ ਦੇ ਫੈਸਲੇ ਦਾ ਸਵਾਗਤ ਕੀਤਾ ਪਰ ਨਾਲ ਹੀ ਉਹਨਾਂ ਨੇ ਇਹ ਮੰਗ ਵੀ ਕੀਤੀ ਹੈ ਕਿ ਆਸ਼ੀਸ਼ ਮਿਸ਼ਰਾ ਦੇ ਪਿਤਾ ਨੇ ਜਿਹੜੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੈਣੀ ਉਹਨਾਂ ਨੂੰ ਵੀ ਗ੍ਰਿਫਤਾਰ ਕਰਨਾ ਚਾਹੀਦਾ ਅਤੇ ਉਹਨਾਂ ਦੇ ਉੱਤੇ 302 ਦਾ ਪਰਚਾ ਲੱਗਣਾ ਚਾਹੀਦਾ ਇੱਕ ਗੱਲ ਤੇ ਖਾਸ ਧਿਆਨ ਦਵੇ ਕਿ ਲਖੀਮਪੁਰ ਕਾਣ ਦੇ ਜਿਹੜੇ ਗਵਾਹ ਨੇ ਉਹਨਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ ਉਹਨਾਂ ਦੇ ਉੱਤੇ ਹਮਲੇ ਹੋ ਰਹੇ ਨੇ ਅਤੇ ਨਾਲ ਹੀ ਉਹਨਾਂ ਨੇ ਕਿਸਾਨਾਂ ਦੀ ਮੰਡੀਆਂ 'ਚ ਪਈ ਫਸਲ ਦੀ ਲਿਫਟਿੰਗ ਦਾ ਵੀ ਮੁੱਦਾ ਚੁੱਕਿਆ ਹੋਰ ਕੀ ਕੁਝ ਕਿਹਾ ਸਰਵਣ ਸਿੰਘ ਪੰਦੇਰ ਨੇ ਆਓ ਸੁਣਦਿਆਂ ਸਰਵਣ ਸਿੰਘ ਪੰਦੇਰ ਕਿਸਾਨ ਮਜ਼ਦੂਰ ਸ਼ਕਤ ਕਮੇਟੀ ਦਾ ਸੂਬਾ ਜਨਰਲ ਸਕੱਤਰ ਬੋਲਦਾ ਜੀ ਕੱਲ ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਆਇਆ ਵਾ ਕਿ ਅਸ਼ੇਸ਼ ਮਿਸ਼ਰਾ ਦੀ ਜ਼ਮਾਨਤ ਰੱਦ ਕੀਤੀ ਗਈ ਉਹ ਸਵਾਗਤ ਕਰਨ ਯੋਗ ਆ ਇਸ ਦੀ ਰੌਸ਼ਨੀ ਦੇ ਵਿੱਚ ਪ੍ਰਧਾਨ ਮੰਤਰੀ ਜੀ ਨੂੰ ਜਿਹੜੇ ਅਜੇ ਮਿਸ਼ਰਾ ਟੈਨੀ ਨੇ ਕੇਂਦਰੀਏ ਗ੍ਰਹਿ ਰਾਜ ਮੰਤਰੀ ਉਹਨਾਂ ਨੂੰ ਮੰਤਰੀ ਮੰਡਲ ਤੋਂ ਬਰਖਾਸਤ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰਾਉਣਾ ਚਾਹੀਦਾ ਇਹਦੇ ਨਾਲ ਲ ਜਿਹੜੇ ਲਖੀਮਪੁਰ ਖੇਰੀ ਦੇ ਮੁੱਖ ਗਵਾਹ ਨੇ ਜਿਸ ਤਰ੍ਹਾਂ ਉਹਨਾਂ ਤੇ ਹਮਲੇ ਹੋ ਰਹੇ ਨੇ ਔਰ ਜਿਵੇਂ ਯੂਪੀ ਦੀ ਸਰਕਾਰ ਔਰ ਉਹਨਾਂ ਦਾ ਟੌਰਨੇ ਜਨ ਪੱਖਪਾਤ ਕਰ ਰਿਹਾ ਹੈ ਇਸ ਕੇਸ 'ਚ ਇਹਨੂੰ ਸਵੈਮ ਸੁਪਰੀਮ ਕੋਰਟ ਨੂੰ ਸੋ ਕੋਲ ਨੋਟਿਸ ਲਾ ਕੇ ਆਪਣੀ ਨਿਗਰਾਨੀ 'ਚ ਸਾਰਾ ਪ੍ਰੋਸੈਸ ਸਿਰੇ ਲਾਉਣਾ ਚਾਹੀਦਾ ਤਾਂ ਜੋ ਦੋਸ਼ੀਆਂ ਨੂੰ ਸਜ਼ਾਵਾ ਮਿਲ ਸਕਣ ਇਹਦੇ ਨਾਲ ਦੀ ਨਾਲ ਜਿਹੜੀ ਪੰਜਾਬ ਵਿੱਚ ਕਣਕ ਦੀ ਖਰੀਦ ਚੱਲ ਰਹੀ ਆ ਹਾਲੇ ਭਾਵੇਂ ਰੋਜ਼ ਦੀ ਰੋਜ਼ ਆਰਤੀਏ ਕਿਸਾਨਾਂ ਦੀ ਕਣਕ ਲੈ ਰਹੇ ਆ ਇਹ ਲੱਗ ਰਿਹਾ ਵੀ ਕਣਕ ਦੀ ਖਰੀਦ ਹੋ ਰਹੀ ਆ ਪਰ ਜਿਹੜੀਆਂ ਢਿੱਲਾਂ ਬਾਰੇ ਕੇਂਦਰ ਦੀਆਂ ਏਜੰਸੀਆਂ ਨੇ ਕੇਂਦਰ ਨੇ ਫੈਸਲਾ ਦਿੱਤਾ ਸੀ ਵੀ ਅਸੀਂ ਛੋਟਾਂ ਦੇ ਰਹੇ ਹਾਂ ਕਣਕ ਦੀ ਖਰੀਦ ਵਿੱਚ ਅਜੇ ਤੱਕ ਉਹਨਾਂ ਦੀ ਲਿਖਤੀ ਕੋਈ ਚਿੱਠੀ ਨਹੀਂ ਆਇਆ ਭਗਵੰਤ ਮਾਨ ਜੀ ਕੋ ਚਿੱਠੀ ਬਖਾ ਦਿਓ ਸਾਨੂੰ ਜਾਂ ਕੇਂਦਰ ਚਿੱਠੀ ਬਖਾਲ ਦੇਵੇ ਵੀ ਕਿ ਕੀ ਛੋਟਾਂ ਮਿਲੀਆਂ ਨੇ ਕੱਲ ਨੂੰ ਜੇ ਆਰਟੀਰੀ ਰੇਟ ਘਟਾ ਲਉਂਦੇ ਆ ਤਾਂ ਕਿਸਾਨਾਂ ਦਾ ਨੁਕਸਾਨ ਹੋਊਗਾ ਬਾੜਦਾਨੇ ਤੇ ਲਿਫਟਿੰਗ ਦੀ ਸਮੱਸਿਆ ਵੀ ਵੱਡੇ ਪੱਧਰ ਤੇ ਆ ਸੋ ਇਸ ਮਸਲੇ ਦੇ ਹੱਲ ਕਰ ਕੀਤਾ ਜਾਵੇ ਨਹੀਂ ਤਾਂ ਸਾਨੂੰ ਮਜਬੂਰ ਨਾ ਕੀਤਾ ਜਾਵੇ 25 ਦਾ ਰੇਲ ਰੋਕੋ ਕਰਨ ਲਈ ਮਜਬੂਰ ਹੋਈਏ ਐਮਐਸਪੀ ਗਰੰਟੀ ਕਾਨੂੰਨ ਔਰ ਸਾਰੇ ਕੇਸ ਜਿਹੜੇ ਪਾਏ ਕਿਸਾਨਾਂ ਤੇ ਵਾਪਸ ਲੈਣ ਦੀ ਗੱਲ ਵੀ ਉਸੇ ਤਰੀਕੇ ਨਾਲ ਚੱਲ ਰਹੀ ਹੈਗੀ ਇਹਦੇ ਨਾਲ ਮਾਨ ਸਰਕਾਰ ਨੂੰ ਬੇਨਤੀ ਆ ਵੀ ਨਸ਼ਾ ਬੰਦੀ ਥੋੜੀ ਪੂਰੀ ਤਰ੍ਹਾਂ ਫੇਲ ਹੋਈ ਪਈ ਆ ਇਧਰ ਧਿਆਨ ਦਿੱਤਾ ਜਾਵੇ ਤਾਂ ਜੋ ਰੋਜ਼ ਨੌਜਵਾਨਾਂ ਦੀਆਂ ਹੋ ਰੀਆਂ ਮੌਤਾਂ ਤੋਂ ਇਹਨਾਂ ਨੂੰ ਮੁਕਤੀ ਦਿਵਾਈ ਜਾ ਸਕੇ ਤੇ ਅਰਜਗਾਰ ਤੇ ਵੀ ਕੋਈ ਸਪਸ਼ਟੀ ਕਰਨੀ ਹੈਗਾ ਇਹ ਸਾਰੀਆਂ ਅੱਜ ਦੀਆਂ ਮੰਗਾਂ ਨੇ ਧੰਨਵਾਦ